25 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਬੰਦ ਦਾ ਅਸਰ ਫਤਿਹਗੜ੍ਹ ਸਾਹਿਬ ਦੇ ਵਿੱਚ ਖਾਸ ਤੌਰ ਤੇ ਦੇਖਣ ਨੂੰ ਮਿਲਿਆ ਹੈ। ਦਰਅਸਲ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਵਰਕਰਾਂ ਨੇ ਮੁਸਲਿਮ ਬਰਾਦਰੀ ਦੇ ਲੋਕਾਂ ਦੇ ਨਾਲ ਮਿਲ ਕੇ ਹਾਈਵੇ ਜਾਮ ਕਰ ਦਿੱਤਾ। ਇਸ ਮੌਕੇ ਤੇ ਪੁਲਿਸ ਨੇ ਧੱਕਾ ਮੁੱਕੀ ਕਰਕੇ ਜਾਮ ਖੁਲਵਾਇਆ। ਉੱਥੇ ਐਸਪੀਡੀ ਦਾ ਕਹਿਣਾ ਸੀ ਕਿ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪਰ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਹਾਈਵੇ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਘੱਟ ਗਿਣਤੀ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਮੈਂ ਹਲਕਾ ਇੰਚਾਰਜ ਫਤਿਹਗੜ੍ਹ ਸਾਹਿਬ ਦੇ ਨਾਤੇ ਹੁੰਦਾ ਹੋਇਆ ਅਤੇ ਅੱਜ ਅਸੀਂ ਪੂਰਾ ਹਾਈਵੇਜ ਬੰਦ ਕੀਤਾ ਅਤੇ ਅਸੀਂ ਬਿਲਕੁਲ ਜਦੋਂ ਤੱਕ ਸਾਡਾ ਮੁਸਲਮਾਨ ਭਾਈਚਾਰਾ ਅਤੇ ਨਗਰਤਾ ਸੋਧ ਬਿੱਲ ਅਤੇ 300 ਧਾਰਾ ਜਿਹੜੀਆਂ ਇਹ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਬਿਲਕੁਲ ਕੰਨਾ ਅਸੀਂ ਮੁਸਲਮਾਨ ਕੌਮ ਦੇ ਨਾਲ ਖੜ੍ਹੇ ਹਾਂ ਅਤੇ ਅਸੀਂ ਖੜ੍ਹਦੇ ਰਹਾਂਗੇ ਅਤੇ ਅਸੀਂ ਡਟ ਕੇ ਜਦੋਂ ਤੱਕ ਸੈਂਟਰ ਸਰਕਾਰ ਇਹ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਅਸੀਂ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ। ਮੈਂ ਹਾਰੂਨ। ਅੱਛਾ, ਇਹ ਜਿਹੜਾ NRC ਔਰ CAA ਦਾ ਬਿੱਲ ਪਾਸ ਵੀ ਤੱਕ ਕੀਤਾ ਗੌਰਮੈਂਟ ਨੇ, ਇਹ ਸਰੇ ਸਹੀ ਹਰ ਸੰਵਿਧਾਨ ਦੇ ਖਿਲਾਫ ਹੈ ਸਾਡੇ, ਔਰ ਅਸੀਂ ਚਾਹੁੰਦੇ ਹਾਂ ਕਿ ਇਹ ਸੰਵਿਧਾਨ ਦੇ ਜਿਹੜਾ ਖਿਲਾਫ ਉਹਨਾਂ ਨੇ ਕੰਮ ਕੀਤਾ ਗੌਰਮੈਂਟ ਨੇ, ਇਹ ਬਿੱਲ ਵਾਪਸ ਲਿਆ ਜਾਵੇ ਇਹਦੇ ਵਿੱਚ, ਕਿਉਂਕਿ ਦੇਖੋ ਸਾਡੀ ਹਿੰਦੂ ਸਿੱਖ ਮੁਸਲਿਮ ਸਿਖਾਈ ਏਕਤਾ, ਇਹ ਸਾਰੀ ਅਸੀਂ ਭਾਈ ਭਾਈ ਹਾਂ, ਅਸੀਂ ਸ਼ੁਰੂ ਤੋਂ ਜੰਮੇ ਪਲਿਆ ਇਸ ਮੁਲਕ ਦੇ ਇੱਥੇ ਰਵਾਂਗੇ, ਨਾ ਕਿ ਅਸੀਂ 1971 ਤੋਂ ਪਹਿਲਾਂ ਕਾਗਜ਼ ਲਿਆ ਕੇ ਕਿਹਨੂੰ ਅਸੀਂ ਦਿਖਾਈਏ। ਹਾਂਜੀ, ਇਹਦਾ ਸਾਡੇ ਕੋਲ ਤਾਂ ਸਾਡੇ ਭਾਈ ਜਿਹੜੇ ਬਾਹਰੋਂ ਆਏ ਨੇ, ਹਾਂਜੀ, ਆਪਣੇ ਜਿਹੜੇ ਪੰਜਾਬ ਦੇ ਵਿੱਚ ਨੇ ਰਹਿ ਰਹੇ ਨੇ, ਕੋਈ ਬਿਹਾਰ ਤੋਂ ਆਇਆ, ਕੋਈ ਯੂਪੀ ਤੋਂ ਆਇਆ, ਕੋਈ ਬੰਗਲਾਦੇਸ਼ ਤੋਂ ਆਇਆ, ਹਾਂਜੀ, ਕਿਸੇ ਕੋਲ ਰਹਿਣ ਨੂੰ ਥਾਂ ਚੰਗੀ ਥਾਂ ਨਹੀਂ ਹੈਗੀ, ਉਹ ਕਾਗਜ਼ ਕਿੱਥੋਂ ਲੱਭ ਕੇ ਲਿਆਵੇ? ਅਤੇ ਇਸ ਕਰਕੇ ਅਸੀਂ ਇਹ ਸਾਰੇ ਗੌਰਮੈਂਟ ਨੂੰ ਅਪੀਲ ਕਰਦੇ ਹਾਂ ਕਿ CAA ਜੋ NRC ਜਿਹੜਾ ਸੰਵਿਧਾਨ ਦੇ ਖਿਲਾਫ ਇਹ ਸਾਡੇ ਉੱਪਰ ਥੋਪਿਆ ਗਿਆ ਕਾਨੂੰਨ ਹੈ, ਇਹ ਵਾਪਸ ਲਵੇ, ਕਿਉਂਕਿ ਸਾਡੇ ਨਾਲ ਉਹਨੇ ਦੇਖੋ ਸਾਡੇ ਹਿੰਦੂ ਭਾਈ ਵੀ ਖੜ੍ਹੇ ਨੇ, ਮੁਸਲਮਾਨ ਵੀਰ ਵੀ ਖੜ੍ਹੇ ਨੇ, ਈਸਾਈ ਭਾਈ ਵੀ ਖੜ੍ਹੇ ਨੇ, ਔਰ ਸਿੱਖ ਭਾਈ ਵੀ ਖੜ੍ਹੇ ਨੇ। ਜੇ ਐਵੇਂ ਨਹੀਂ ਹੁੰਦਾ ਫਿਰ ਕੀਤਾ ਜਾਊਗਾ ਤੁਹਾਡੇ ਵੱਲੋਂ? ਦੇਖੋ, ਇਹ ਸਾਰੇ ਇੰਡੀਆ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਨੇ, ਮਲੇਰਕੋਟਲੇ ਵੀ ਬਹੁਤ ਉੱਚੇ ਲੈਵਲ ਦੇ ਰੋਸ ਪ੍ਰਦਰਸ਼ਨ ਹੋ ਰਿਹਾ, ਹਰ ਜਗ੍ਹਾ 'ਤੇ ਸ਼ਾਹੀਨ ਬਾਗ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਹੋ ਰਹੇ ਨੇ, ਸਾਡੀਆਂ ਮਾਂ ਭੈਣਾਂ ਹੈਂਜੀ ਸੜਕਾਂ 'ਤੇ ਨਿਕਲੀਆਂ ਹੋਈਆਂ ਨੇ, ਉਹ ਅਸੀਂ ਆਪਣਾ ਜਿਹੜਾ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਸਾਡਾ ਕਰਨਾ ਹੱਕ ਹੈ, ਔਰ ਅਸੀਂ ਇਹ ਕਰ ਰਹੇ ਹਾਂ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਕਾਨੂੰਨ ਸਾਡੇ ਉੱਪਰ ਲਾਇਆ ਗਿਆ ਹੈ ਉਹ ਵਾਪਸ ਦਿੱਤਾ ਜਾਵੇ। ਕੀ ਮਾਮਲੇ 'ਚ ਇਕੱਠੇ ਹੋਏ ਤੁਸੀਂ ਅੱਜ? ਅਸੀਂ NRC ਦੇ ਮਾਮਲੇ ਵਿੱਚ CAA ਐਕਟ ਜਿਹੜਾ ਸੈਂਟਰ ਗੌਰਮੈਂਟ ਨੇ ਬਣਾਇਆ ਅਸੀਂ ਉਹਦੇ ਖਿਲਾਫ ਇਕੱਠੇ ਹੋਏ ਹਾਂ ਅਤੇ ਅਸੀਂ ਮੌਕੇ ਦੀਆਂ ਸਰਕਾਰਾਂ ਨੂੰ, ਕੇਂਦਰ ਸਰਕਾਰ ਨੂੰ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਵੀ ਇਹ ਨਾਗਰਿਕਤਾ ਸੋਧ ਬਿੱਲ ਹੈ ਜੋ ਵਾਪਸ ਲਿਆ ਜਾਵੇ, ਇਹ ਸਿਰੇ ਤੋਂ ਹੀ ਹਰ ਨਾਗਰਿਕ ਦੇ ਲਈ ਇਹ ਖਿਲਾਫ ਹੈ। ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਉਹਨਾਂ ਨੂੰ ਅਪੀਲ ਆ ਵੀ ਇਹ ਜਿਹੜਾ ਸਿਸਟਮ ਮੋਦੀ ਨੇ ਬਣਾਇਆ, ਹਿੰਦੂ ਤਵੀ ਸਰਕਾਰਾਂ ਨੇ ਬਣਾਇਆ, ਇਹਦੇ ਵਿੱਚ ਆਪਾਂ ਇਹ ਨਾ ਜਾਣੀਏ ਵੀ ਇਕੱਲਾ ਮੋਦੀ ਆ, ਇਹ ਟੋਟਲ ਹਿੰਦੂ ਤਵੀ ਨੇ, ਭਾਵੇਂ ਕਾਂਗਰਸ ਹੋਵੇ, CPI, CPM ਹੋਵੇ, ਆਮ ਆਦਮੀ ਪਾਰਟੀ ਹੋਵੇ, ਬਾਦਲ ਦਲੀਏ ਹੋਣ ਜਾਂ ਟਕਸਾਲੀ ਹੋਣ, ਕਿਉਂਕਿ ਜਦੋਂ ਇਹ ਬਿੱਲ ਪਾਸ ਹੋਏ ਨੇ ਸਾਰਿਆਂ ਨੇ ਹੀ ਇਸ ਦੇ ਹੱਕ ਵਿੱਚ ਵੋਟ ਪਾ ਦਿੱਤੀ ਆ ਆਪਣੀ। ਅੱਜ ਜਿਹੜਾ ਇਹ ਡਰਾਮਾ ਕਰ ਰਹੇ ਨੇ ਵੀ ਅਸੀਂ CAA ਬਿੱਲ ਦੇ ਖਿਲਾਫ ਭਾਜਪਾ ਨਾਲ ਨਾਤਾ ਤੋੜਦੇ ਹਾਂ, ਇਹ ਬਿਲਕੁਲ ਕੋਰਾ ਝੂਠ ਆ। ਇਹ ਜਿਹੜੀਆਂ ਘੱਟ ਗਿਣਤੀਆਂ 'ਤੇ ਪੂਰਾ ਜ਼ੁਲਮ ਹੋ ਰਿਹਾ, 19,60,000 ਤੋਂ ਉੱਪਰ ਮੁਸਲਮਾਨ ਭਰਾ ਅਸਾਮ ਦੇ ਵਿੱਚ ਕੈਂਪਾਂ ਵਿੱਚ ਬੰਦ ਨੇ, ਜਿਨ੍ਹਾਂ ਦੇ ਵਿੱਚ ਪਿਛਲੇ ਦਿਨੀ ਖਬਰ ਆਈ ਸੀ ਕਿ 350 ਕਰੀਬ ਦੇ ਵਿੱਚ ਕਰੀਬ ਉੱਥੇ ਇਨਸਾਨ ਮਾਰੇ ਜਾ ਚੁੱਕੇ ਨੇ ਕੈਂਪਾਂ ਦੇ ਵਿੱਚ, ਹਾਲੇ ਤੱਕ ਉਹਦਾ ਕੋਈ ਪਤਾ ਨਹੀਂ ਲੱਗਿਆ। ਇੱਕ ਜ਼ਮਾਨੇ ਦੇ ਹਿਟਲਰ ਸੀ, ਹਿਟਲਰ ਨੇ ਵੀ ਇੱਕ ਨੇ ਕੀਤਾ ਸੀ 60 ਲੱਖ ਯਹੂਦੀਆਂ ਨੂੰ ਕੈਂਪਾਂ ਵਿੱਚ ਬੰਦ ਕਰਕੇ, ਜਦੋਂ ਦੇਖਿਆ ਵੀ ਮੈਂ ਇਹਨੂੰ ਕਿੱਧਰ ਭੇਜੂੰਗਾ 60 ਲੱਖ ਇਨਸਾਨਾਂ ਨੂੰ, ਵੀ ਲੋਕਾਂ ਦੇ ਵਿੱਚ ਹਾਹਾਕਾਰ ਮਿਜੂਗੀ ਪੂਰੀ ਦੁਨੀਆ 'ਚ, ਤਾਂ ਉਹਨੇ ਉਹ ਕੈਂਪਾਂ ਨੂੰ ਚੈਂਬਰਾਂ ਦਾ ਰੂਪ ਧਾਰ ਕੇ ਗੈਸ ਵਾਲਾ 60 ਲੱਖ ਦਾ 60 ਲੱਖ ਬੰਦਾ ਖਤਮ ਕਰ ਦਿੱਤਾ ਸੀ ਇੱਕ ਦਿਨ ਦੇ ਵਿੱਚ। ਇਹੀ ਨੀਤੀ ਹਿੰਦੂ ਧਰਮ ਦੀ ਆ, ਜਿੰਨੇ ਵੀ ਮੁਸਲਮਾਨ ਭਰਾ ਹੋਰ ਸਾਰੇ ਹੀ ਕੈਦ ਕੀਤੇ ਹੋਏ ਨੇ ਘੱਟ ਗਿਣਤੀਆਂ ਵਾਲੇ, ਉਹਨਾਂ ਨੂੰ ਇਹ ਕੋਝੀ ਸਾਸ ਦੇ ਨਾਲ ਕੈਂਪਾਂ ਵਿੱਚ ਹੀ ਖਤਮ ਕਰਨਾ ਚਾਹੁੰਦੇ ਨੇ, ਕਿਉਂਕਿ ਇਹਨਾਂ ਨੇ ਜੋ ਇਹ ਬਿੱਲ ਬਣਾਏ ਨੇ ਨਾਗਰਿਕਤਾ ਸੋਧ ਬਿੱਲ ਅਰ CAA, ਇਹ ਜਿਹੜੇ ਸਾਰੇ ਹੀ ਬਿੱਲ ਨੇ NPR ਵਗੈਰਾ, ਇਹ ਸਾਰੇ ਹੀ ਘੱਟ ਗਿਣਤੀਆਂ ਦੇ ਵਿਰੋਧੀ ਨੇ। ਇਹਨਾਂ 'ਤੇ ਪੂਰਾ ਸਾਨੂੰ ਇੱਕਜੁੱਟ ਹੋ ਕੇ ਹਿੰਦੂ ਮੁਸਲਿਮ ਸਾਰੇ ਰੰਗਰੇਟੇ ਸਿੱਖਾਂ ਨੂੰ, ਜੈਨੀਆਂ ਨੂੰ, ਬੋਧੀਆਂ ਨੂੰ, ਲੰਗੈਤਾਂ ਨੂੰ, ਸਾਰਿਆਂ ਨੂੰ ਇੱਕ ਪਲੇਟਫਾਰਮ 'ਤੇ ਆ ਕੇ ਈਸਾਈ ਵੀਰਾਂ ਨੂੰ ਇਸ ਚੀਜ਼ ਨੂੰ ਰੋਕਣਾ ਪਊਗਾ, ਨਹੀਂ ਇਹ ਹਿੰਦੂ ਰਾਸ਼ਟਰ ਦਾ ਐਲਾਨ ਕਰ ਚੁੱਕੇ ਨੇ, ਹਿੰਦੂ ਰਾਸ਼ਟਰ ਬਣਦਾ ਆ ਰਿਹਾ। ਮੋਹਨ ਭਾਗਵਤ ਹਰ ਤੀਜੇ ਦਿਨ ਬਿਆਨ ਦੇ ਰਿਹਾ
ਵੀ ਜਿਹੜਾ ਭਾਰਤ ਵਿੱਚ ਰਹੂਗਾ ਉਹ ਹਿੰਦੂ ਬਣ ਕੇ ਰਹੂਗਾ, ਨਹੀਂ ਉਹ ਭਾਰਤ ਵਿੱਚੋਂ ਬਾਹਰ ਜਾਊਗਾ। ਇਹ ਅਸੀਂ ਉਹਨੂੰ ਵੀ ਕਹਿ ਦੇਣਾ ਚਾਹੁੰਦੇ ਹਾਂ ਮੋਹਨ ਭਾਗਵਤ ਨੂੰ ਕਿ ਜਦੋਂ ਅੰਗਰੇਜ਼ਾਂ ਦੇ ਨਾਲ ਲੜਾਈ ਹੁੰਦੀ ਸੀ ਉਸ ਟਾਈਮ ਸਾਡੇ ਬਜ਼ੁਰਗ ਅੰਗਰੇਜ਼ਾਂ ਦੇ ਖਿਲਾਫ਼ ਲੜਦੇ ਸੀ ਅਤੇ ਤੁਸੀਂ ਅੰਗਰੇਜ਼ਾਂ ਦੇ ਹੱਕ ਵਿੱਚ ਜਾ ਕੇ ਖੜ੍ਹਦੇ ਸੀ, ਤੁਸੀਂ ਨੇ ਇਹ ਦੇਸ਼ ਨਹੀਂ ਆਜ਼ਾਦ ਕਰਾਇਆ। ਜੇ ਕੋਈ ਦੇਸ਼ ਆਜ਼ਾਦ ਕਰਾਇਆ ਤਾਂ ਉਹ ਕਰਵਾਇਆ ਆਮ ਪਬਲਿਕ ਨੇ, ਯਾਰ ਸਿੱਖ ਵੀ ਸੀ ਉਹਦੇ ਵਿੱਚ, ਮੁਸਲਮਾਨ ਵੀ ਸੀਗੇ, ਲੰਗੈਤ ਵੀ ਸੀ, ਈਸਾਈ ਵੀ ਸੀ, ਸੋਰੀ ਲੰਗੈਤ ਵੀ ਸੀਗੇ ਅਤੇ ਉਹਨਾਂ ਦੇ ਵਿੱਚ ਬੋਧੀ ਜੈਨੀ ਵੀ ਸੀਗੇ, ਸਾਰੇ ਸੀਗੇ, ਤਾਂ ਇਹ ਆਜ਼ਾਦ ਹੋਇਆ ਸੀ। ਲੇਕਿਨ ਸਭ ਤੋਂ ਵੱਧ ਸਿੱਖ ਕੌਮ ਦੀਆਂ ਕੁਰਬਾਨੀਆਂ ਸੀ। ਅੱਜ ਸਿੱਖ ਕੌਮ ਤੀਰੀ ਗੁਲਾਮ ਹੋ ਚੁੱਕੀ ਆ। ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ, ਹਿੰਦੂ ਵੀ ਗੁਲਾਮ ਸੀ, ਮੁਸਲਮਾਨ ਵੀ ਗੁਲਾਮ ਸੀ, ਸਿੱਖ ਵੀ ਗੁਲਾਮ ਸੀ, ਅਤੇ ਅੱਜ ਅਸੀਂ ਬਾਹਰਲੀਆਂ ਕੰਟਰੀਆਂ ਵਿੱਚ ਅੰਗਰੇਜ਼ਾਂ ਦੇ ਗੁਲਾਮ ਹੋ ਚੁੱਕੇ ਹਾਂ, ਭਾਰਤ ਵਿੱਚ ਹਿੰਦੂ ਦੇ ਗੁਲਾਮ ਹੋ ਚੁੱਕੇ ਹਾਂ, ਅਰਬ ਕੰਟਰੀਆਂ ਵਿੱਚ ਮੁਸਲਮਾਨ ਦੇ ਗੁਲਾਮ ਹੋ ਚੁੱਕੇ ਹਾਂ। ਇਸ ਕਰਕੇ ਤੀਰੀ ਮਾਰ ਸਿੱਖ ਕੌਮ 'ਤੇ ਪੈ ਰਹੀ ਆ। ਅੱਜ ਸਾਨੂੰ ਜਾਗਣ ਦੀ ਲੋੜ ਆ। ਜੇ ਅਸੀਂ ਅੱਜ ਨਾ ਜਾਗੇ ਤਾਂ ਸਾਡਾ ਮੁੜ ਕੇ ਮੰਡੀਆ ਮਲੇਟ ਹੋ ਜੂਗਾ। ਇਹੀ ਸਾਡੀ ਸਾਰਿਆਂ ਨੂੰ ਅਪੀਲ ਆ ਕਿ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸਾਰੀਆਂ ਘੱਟ ਗਿਣਤੀਆਂ ਹਿੰਦੂ ਤਬ ਦੇ ਖਿਲਾਫ਼, ਹਿੰਦੂ ਰਾਸ਼ਟਰ ਦੇ ਖਿਲਾਫ਼ ਪੂਰਾ ਮੋਰਚਾ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸਣਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ 'ਤੇ ਜੰਮ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉੱਥੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਦੇ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਨੇ ਉਹ ਘੱਟ ਗਿਣਤੀ ਦੇ ਲੋਕਾਂ ਦੇ ਲਈ ਖਤਰਾ ਨੇ। ਸਰ, ਅੱਜ ਜਿਹੜਾ ਇਹਨਾਂ ਨੇ ਨਾਗਰਿਕਤਾ ਬਿੱਲ ਖਿਲਾਫ਼ ਜਿਹੜਾ ਕੀਤਾ, ਰੋਸ ਪ੍ਰਦਰਸ਼ਨ ਕੀਤਾ, ਉਹਦੇ ਬਾਰੇ ਦੱਸ ਦਿਓ। ਸ਼ਾਂਤਮਈ ਕੀਤਾ ਜੀ ਇਹਨਾਂ ਨੇ? ਹਾਂਜੀ ਹਾਂ। ਸਰ, ਹਾਈਵੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਥੋੜ੍ਹੀ ਬਹੁਤੀ? ਹਾਂ, ਥੋੜ੍ਹੇ ਜਿਹੇ ਬੰਦੇ ਜਾ ਕੇ ਉੱਥੇ ਸ਼ਰਾਰਤੀ ਕਮੈਂਟ ਜਾ ਕੇ ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।